ਵੇਖਣੀ ਤੇ ਦਿਆਂ ਵਾ ਇਹ 5000 ਜਾਂ ਜੀ ਲੈ ਆਪਣੀ ਜ਼ਿੰਦਗੀ ਮੈਨੂੰ ਵੀ ਦੋ ਅਸਲਾਮ ਵਾਲੇਕੁਮ ਮੈਂ ਜੀ ਹਮਜ਼ਾ ਸਿੱਧੂ ਸੁਬਾਹ ਸੁਬਾਹ ਅਮੀ ਰਾਮੀ ਨੂੰ ਦਿੱਤਾ ਜੀ 5000 ਅੱਜ ਤੇ ਮੇਰੀ ਹੋ ਗਈ ਈਦ ਅਮੀ ਜੀ ਸਜੀ ਬੂਜੀ ਮੇਰਾ ਜੀ ਪੱਕੀ ਗੱਲ ਨਾਲਿਆਂ ਨੂੰ ਜੀ ਲੋ ਆਪਣੀ ਜ਼ਿੰਦਗੀ ਚਾਚੂ ਜੀ ਹੋਰੀ ਕਹਿਣ ਦੇ ਇਹ ਨੋਟ ਮੇਰਾ ਡਿੱਗਾ ਕਿਉਂ ਇੰਜੀ ਗੱਲ ਹੈ ਇੰਜੀ ਗੱਲ ਤੁਸੀਂ ਕਦੀ ਨੋਟ ਆ ਵੇਖਿਆ ਵੀ ਹੈ ਤੂੰ ਵੇਖ ਗਿਆ ਬੰਦ ਮੋਬਾਇਲ ਕੀ ਹੋਇਆ ਅੱਜ ਨੁਸਤੀ ਜੀ ਪਈ ਹੈ ਅੱਜ ਕਾਲਫ ਤੇ ਨਹੀਂ ਲਵਾਣੀ ਆਏ ਬੀਬਾ ਬੱਚਾ ਬਣਨਾ ਬੇਬੀ ਨੂੰ ਚਾਚਾ ਪਿੰਡੂ ਜਿਹਾ ਝੂੜਾ ਦੇ ਜਾਂਦੇ ਆ ਬਹਿ ਕੇ ਇੱਥੇ ਪੈ ਸਾਹਮਣੇ ਦੇ ਕਾਨੂੰ ਜਿਹਾ ਫਿਰ ਕਰਾਉਣੇ ਆ ਟੁੱਟੇ ਪੈਸੇ ਜਿਹਾ ਇਹਨਾਂ ਟੁੱਟਿਆ ਕਰਾ ਕੇ ਲੈਣ ਦੇ ਮੈਂ ਤੇਰੇ ਨੇ ਨਹੀਂ ਨਹੀਂ ਤੇਰੇ ਨਹੀਂ ਆ ਤੇਰੇ ਵੀ ਨਹੀਂ ਔਰ ਨਹੀਂ ਤੇਰੇ ਹੁਣ ਬੋਲੋ ਹਾਂ ਕਿਹਦੇ ਨੇ ਭਲਾ ਨਹੀਂ 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 ਤੇਰੇ ਤਾਂ ਪੱਕੀ ਗੱਲ ਹੀ ਨਹੀਂ ਤੇਰੀ ਮੈਂ ਸ਼ਿਕਾਇਤ ਲੈਣਾ ਚਾਚੇ ਪਿੰਡ ਨੂੰ ਖਲੋਈ ਅਗਲੇ ਤੇਰਾ ਇਲਾਜ ਕਰਾਉਣਾ ਪੈਸੇ ਜਿਹੇ ਟੁੱਟੇ ਲੱਭ ਹੀ ਗਏ ਨੇ ਤੇ ਲੱਭਦੇ ਨਹੀਂ ਹੈਲੋ ਅੰਮੀ ਜੀ ਅਮੀ ਵੇਖ ਲੋ ਇੱਕ ਨੋਟ ਦੇ ਕੇ ਤੇ ਬਹੁਤੇ ਨੋਟ ਕਰਾ ਲਿਆਂਦੇ ਨੇ ਮੈਂ ਚੰਗਾ ਜੀ ਕਾਈ 500 ਦੋ ਨਾ ਚਾ ਲਾ ਲੈ ਜਾ ਤੇ ਅਮਦ ਦੀ ਦਵਾਈ ਲਿਆ ਅਹਿਮਦ ਨੂੰ ਕੀ ਹੋਇਆ ਖਾਂਸੀ ਲੱਗੀ ਇਹਨੂੰ ਖਾਂਸੀ ਕਿਹੜੀ ਲੱਗ ਗਈ ਇਹਨੂੰ ਆ ਖਾਂਦਾ ਕਿਹੜੀ ਖਾਂਸੀ ਲੱਗੀ ਆ ਸਕੂਲੇ ਨਾ ਜਾਣ ਵਾਲੀ ਬਾਣੇ ਲਾਣਾ 370,000 ਤੇ ਗਈ ਇਹ ਮੱਛੀਆਂ ਟਾਫਣ ਵਾਲੀ ਤੇ 1,00,000 3,00,000 ਬਹੁਤ ਹੀ ਖੰਘ ਲੱਗ ਗਈ ਸੁਬਹ ਸੁਬਹ ਨਹੀਂ 12 ਵਜੇ ਨਹੀਂ 12:30 ਵਜੇ ਹੈ ਨਾ ਅਹਿਮਦ ਨੂੰ ਲੈ ਕੇ ਚੱਲੇ ਆ ਡਾਕਟਰ ਕੋਲ ਕਿਉਂਕਿ ਜਿਹੜਾ ਸਕੂਲੇ ਵੀ ਨਹੀਂ ਅੱਜ ਗਿਆ ਤੇ ਬਿਮਾਰ ਹੈ ਜਿਹੜਾ ਸੁਬਹ ਦਾ ਬਹਾਨਾ ਲਾ ਲਿਆ ਬਹਾਨਾ ਨਹੀਂ ਲਾ ਲਿਆ ਖੰਘ ਲੱਗੀ ਉਹਨੂੰ ਅਹਿਮਦ ਚੱਲੂ ਵੇਖ ਕੇ ਜਾ ਸਿੱਖਣ ਡਿਆ ਸਕੂਲੇ ਨਾ ਜਾਣ ਦੀ ਅਹਿਮਦ ਦੀ ਵੀ ਤਿਆਰੀ ਹੋ ਰਹੀ ਉਹਨੂੰ ਛੱਡ ਕੇ ਆਉਣ ਦੀ ਤੇ ਫਿਰ ਵੇਖੋ ਹੁਣ ਦੋਵੇਂ ਬੰਦੇ ਜਾਣ ਕਰਨਗੇ ਸਕੂਲੇ ਇਨਸ਼ਾਲਾ ਫਿਲਹਾਲ ਤੇ ਲੈ ਜਾਈਏ ਅਹਿਮਦ ਦੀ ਦਵਾਈ ਲੈਸਟ ਗੋ ਚਾਬੀ ਆਨ ਕਰੋ ਕਿੱਕ ਮਾਰੋ ਤੇ ਚੱਲੋ ਬਾਈ ਅਹਿਮਦ ਜੀ ਤੁਸੀਂ ਬਹਿ ਜਾਓ ਚੱਲੋ ਬਸ ਆਪਣਾ ਜਿਹੜਾ 125 ਹੈ ਨਾ ਉਹ ਸਿਸਟਰ ਤੇ ਉਹਨਾਂ ਦੇ ਜਿਹੜੇ ਨਾ ਹਸਬੈਂਡ ਲੈ ਕੇ ਸ਼ਹਿਰ ਗਏ ਨੇ ਤੇ ਸਾਡੀ ਫਰਾਰੀ ਨੂੰ ਲੱਗ ਗਈ ਬਿਮਾਰੀ ਤੇਲ ਮੁੱਕ ਗਿਆ ਆਮਿਸ਼ ਜੀ ਹੈ ਨਾ ਇਹਨੂੰ ਪਹੁੰਚਦਾ ਰਹਿੰਦਾ ਸਾਰੀ ਦਿਹਾੜੀ ਝੂੰਡੇ ਛੂੰਡੇ ਲੈ ਕੇ ਤੇਲ ਮੁਕਾ ਖਿਲਾਰ ਛੱਡਦਾ ਚਲੋ ਪੈਟਰੋਲ ਪੰਪ ਤੇ ਪਹੁੰਚ ਗਿਆ ਹੁਣ ਜਾਣ ਦਿਓ ਇੱਥੋਂ ਜੀ ਨਾ ਫਿਰ ਟੈਂਕੀ ਫੁੱਲ ਕਰਾਉਣੇ ਆ 226 ਰੁਪਏ ਲੀਟਰ ਪੈਟਰੋਲ ਅਸਲੀ ਤੋਤੇ ਬੋਲਣ ਵੀ ਦੇ ਜਾਣੀ ਚੂਰੀ ਖਾਣੀ ਹੈ ਚੂਰੀ ਖਾਣੀ ਹੈ ਰਾਤ ਰਾਤ ਹੋਤੇ ਜੀ ਚੂਰੀ ਖਾਣੀ ਹੈ ਕਿੰਨੀ ਜੋੜੀ ਹੈ 70,000 ਦੀ ਬਾਈ ਅੰਦਾ ਜੀ ਗੱਡੀ ਚਲਾਉਂਦਾ ਜੀ ਵੇਖਿਓ ਗੱਡੀ ਚਲਾ ਆਓ
ਤੀਸਰੇ ਪਿੰਡੂ ਜਿਹਾ ਨਾ ਅਹਿਮਦ ਦੀ ਦਵਾਈ ਲੈਣ ਪਹੁੰਚ ਗਏ ਅਹਿਮਦ ਦੀ ਡਾਕਟਰ ਸਾਹਿਬ ਨਾਲ ਦਵਾਈ ਲਿਖ ਦਿੱਤੀ ਹੈ ਮੁੰਡੇ ਨੂੰ ਟੀਕਾ ਲੱਗਣਾ ਓਏ ਟੀਕਾ ਲਵਾ ਲੇਗਾ ਅਹਿਮਦ ਦੀ ਮੈਡੀਸਨ ਲੈਣ ਦੀ ਹੈ ਟੀਕਾ ਇੱਥੋਂ ਪਹਿਲਾਂ ਲਵਾ ਲੈਂਦੇ ਹਾਂ ਅਹਿਮਦ ਦੇ ਫੈਨ ਹੋਏ ਹੌਸਲਾ ਫਿੱਟ ਫਾਟ ਸੱਗੀ ਗੱਲ ਆਮੀ ਤੇ ਭਾਈ ਝੂੜ ਹੋ ਗਿਆ ਜਿੱਦਣ ਜਾਓ ਆਮੀ ਦੇ ਫੈਨ ਲੱਭ ਜਾਂਦੇ ਨੇ ਭਾਈ ਹੁਣ ਅਸੀਂ ਕੀ ਕਰੀਏ ਆਮੀ ਦੇ ਫੈਨ ਹੋਣਾ ਵੇਖ ਕੇ ਆਮੀ ਦੇ ਫੈਨ ਲੱਭ ਗਏ ਨੇ ਅਹਿਮਦ ਨੂੰ ਟੀਕਾ ਜਿਹਾ ਲੱਗ ਗਿਆ ਜੀ ਮਜ਼ਾ ਆਇਆ ਜੀ ਚਲੋ ਜੀ ਫਿਰ ਹੁਣ ਚਲੀਏ ਇੱਥੇ ਜਾਣਾ ਵਾਪਸ ਜਾਣ ਡਿਆ ਹਾਂ ਅਤੇ ਆਹ ਭਾਈ ਜੋ ਜਾਣਾ ਆਹ ਮੇਰੇ ਫੈਨ ਮਿਲ ਗਏ ਅੱਗੇ ਆਮੀ ਦੇ ਮਿਲੇ ਅਤੇ ਹੁਣ ਜਾਣਾ ਮੇਰੇ ਫੈਨ ਮਿਲ ਗਏ ਲੈ ਕੇ ਜੀ ਆ ਗਿਆ ਦਵਾਈ ਤੁਹਾਨੂੰ ਵੀ ਖੜੀਏ ਦਵਾਈ ਲੈਣ ਨਾ ਲਿਆਓ ਦਵਾਈ ਲੈਣ ਦੀ ਜੇ ਤੇ ਤੂੰ ਤੋਂ ਹੀ ਲਿਆਉਣੀ ਹੈ ਦਵਾਈ ਨਹੀਂ ਮੈਨੂੰ ਹੀ ਚਾਹੀਦੀ ਦਵਾਈ ਤੇ ਫੇਰ ਕੀ ਆਉਂਦੇ ਪਏ ਖੜੀਏ ਤੇ ਲੈ ਜਾਓ ਤੋਰਾ ਲਿਆਓ ਤੋਰਾ ਕਿਹੜਾ ਤੋਰਾ ਜੇ ਉਹ ਪਿਆ ਆਟਾ ਜਿਹਾ ਨਾ ਖਤਮ ਹੋ ਗਿਆ ਪਹਿਲੇ ਮਹੱਲੇ ਕਿ ਪਹਿਲੇ ਪਿੰਡ ਰੋਟੀ ਨੀ ਪਕਣੀ ਕਰਨੀ ਕਾਰ ਟੇਂਡੀ ਬਾਬਾ ਟੇਂਡੀ ਬਾਬਾ ਟੇਂਡੀ ਬਾਬਾ ਟੇਂਡੀ ਬਾਬਾ ਆਪਣੇ ਪਿੰਡ ਨੂੰ ਦੂਸਰੇ ਪਿੰਡ ਆਇਆ ਇੱਥੇ ਚੈੱਕ ਕਰੋ ਕਿੰਨੇ ਹੀ ਕਾਂ ਹੀ ਕਾਂ ਪੂਰੇ ਪਿੰਡ ਦੇ ਇੱਕ ਥਾਂ ਹੀ ਇਕੱਠੇ ਹੋ ਗਏ ਨੇ ਉਹਦੇ ਨਹੀਂ ਅੱਧੇ ਦੂਜੇ ਨੇ ਤੇ ਅੱਧੇ ਦੂਜੇ ਨੇ ਇਹ ਕਿਉਂ ਇਕੱਠੇ ਹੋਏ ਨੇ ਉਹ ਅੱਧੇ ਕਣਕ ਖਾਣ ਵਾਲੇ ਤੇ ਅੱਧੇ ਦੂਜੇ ਜੇ ਲੜਾਈ ਤੇ ਲੱਗ ਪਈ ਇਹਨਾਂ ਦੀ ਆਹੋ ਮੈਂ ਮੈਨੂੰ ਤੇ ਆਹੀ ਲੱਗਣ ਦਿਆ ਲੜਾਈ ਲੱਗ ਪਈ ਉਹ ਤੇ ਕਣਕ ਖਾਂਦੇ ਨੇ ਨਿੱਕਿਆ ਹੁੰਦਾ ਜੀ ਇੰਝ ਕਾਂ ਇੰਨੇ ਵਰੇ ਇੱਕ ਥਾਂ ਉੱਡਦੇ ਹੁੰਦੇ ਹਨ ਤੇ ਇੰਝ ਲੱਗਦਾ ਜਿਵੇਂ ਇਹਨਾਂ ਦੀ ਜੰਝ ਜੇ ਘਰ ਦੇ ਸਾਨੂੰ ਆਉਂਦੇ ਆ ਪੁੱਛਦੇ ਹੀ ਨਾ ਕਿਉਂ ਇਕੱਠੇ ਹੋਏ ਨੇ ਘਰ ਦੇ ਆਉਂਦੇ ਇਹਨਾਂ ਦਾ ਵਿਆਹ ਹੈ ਬਹਿ ਕੇ ਜਾ ਕੇ ਤੇ ਇਹਨਾਂ ਦਾ ਵਿਆਹ ਹੀ ਅੱਜ ਫੇਰ ਹੀ ਇੱਥੇ ਵੀ ਅੱਗੇ ਹੀ ਇੰਡੀਆ ਇੱਥੋਂ ਉਹ ਜਾ ਕਰੋ ਕਿੰਨੇ ਪਰਿੰਦਿਆਂ ਇਸ ਪਿੰਡ ਦੀ ਹਮਲਾ ਕਰ ਦਿੱਤਾ ਜੀ ਇੱਲਾਂ ਵੀ ਆ ਗਈਆਂ ਜੀ ਇੱਲਾਂ ਵੀ ਆ ਗਈਆਂ ਜੀ ਸਾਬਾਨ ਉਹ ਵਾਹ ਜੀ ਕਮੈਂਟ ਹੀ ਦੱਸਿਆ ਤੁਹਾਡੇ ਸਾਹਮਣੇ ਕੀ ਮਾਮਲਾ ਬਣਿਆ ਹੈ ਭਾਈ ਹਮਜ਼ਾ ਜੀ ਜਲਦੀ ਚਲੋ ਮਾਮਲਾ ਸ਼ਾਮਲਾ ਬਾਅਦ ਵਿੱਚ ਨਿਪਟਾਇਓ ਨਹੀਂ ਤੇ ਅੱਗੇ ਵਾਲ ਤੁਸੀਂ ਤੇ ਕਿਉਂ ਕਿਹੜਾ ਉਹ ਇੰਨਾ ਸੋਹਣਾ ਸੋ ਜਲੀ ਹਮਲਾ ਹੋ ਗਿਆ ਸਾਡੇ ਤੇ ਤੇ ਕੋਈ ਨਹੀਂ ਵਜਣ ਦੀ ਬਟਰ ਉਹ ਕਿੰਨਾ ਮੈਂ ਚਾਬੀ ਡਾਲ ਕਰੋ ਆਟਾ ਪਿਆ ਆ ਯਾਰ ਮਸ਼ੀਨ ਨਹੀਂ ਹੈ ਜਗੀ ਸਾਨੂੰ ਪਤਾ ਹੈ ਚਲੋ ਮਸ਼ੀਨ ਤੇ ਪਹੁੰਚੀ ਇੱਥੇ ਤੇ ਕੋਈ ਆਇਆ ਹੀ ਨਹੀਂ ਚੁੱਕ ਭਾਈ ਜਵਾਨਾ ਅਸਲਾਮ ਅਲੈਕੁਮ ਆਟਾ 53 ਬਾਈ ਇੱਥੇ 53 ਥੱਲੇ ਬਸ ਦੋ ਲਿਖਣਾ ਦੋ ਲਿਖਣਾ ਬਸ ਕਣਕ ਜਿਹਾ ਪੀਸਣ ਵਾਸਤੇ ਦੇ ਰਹੀ ਹੈ ਗੰਦਾ ਵਾ ਅਤੇ ਫਿਰ ਹੁਣ ਚੱਲੀਏ ਘਰ ਲੋਡੇ ਵੇਲੇ ਲੱਭਣਾ 4-5 ਵਜੇ ਸੀ ਤਾਂ ਟਾਈਮ ਹੋਈ ਜਿਹਾ 2 ਵਜੇ ਲੱਗੇ ਬਾਂਦਰ ਵੇਖੋ ਸਾਹਮਣੇ ਕੋਠੇ ਦੇ ਉੱਤੇ ਇੱਥੇ ਆ ਸਪਿੰਡ ਨਾ ਉਹ ਘਰ ਵਾਲਿਆਂ ਵੀ ਸਾਹਮਣੇ ਘਰ ਵਾਲਿਆਂ ਵੀ ਜਿਹੜਾ ਮੰਗੀ ਰੱਖਿਆ ਕੋਠੇ 'ਤੇ ਬੈਠਾ ਅੱਜ ਬੈਠਾ ਜੇ ਵੱਡਾ ਇੱਦਾਂ ਅਸੀਂ ਵੀ ਆਪਣੇ ਮੰਗੀ ਦਾ ਘਰ ਬਣਾਉਂਦੇ ਹਾਂਗੇ ਆਹੋ ਕੋਠੇ 'ਤੇ ਨਹੀਂ ਥੱਲੇ ਸਹੀ ਮੈਂ ਘਰ ਬਣਾਇਆ ਉੱਤੇ ਬੈਠਾ ਹੁੰਦਾ ਉਹ ਚੈੱਕ ਕਰੋ ਤੂੰ ਸਕੂਲੇ ਵੀ ਆਉਂਦਾ ਨਹੀਂ ਮੈਂ ਆਉਂ ਜੇ ਇੱਥੇ ਆਉਣਾ ਉਹ ਬਾਂਦਰ ਮੈਨੂੰ ਕਹਿ ਰਿਹਾ ਉਹ ਉੱਥੇ ਗਿਆ ਅਸੀਂ ਤੇ ਬਾਂਦਰ ਨੂੰ ਵੇਖ ਲੋਦੇ ਹਾਂ ਤੂੰ ਲੱਭ ਵੀ ਗਿਆ ਸਾਨੂੰ ਮੈਂ ਤਾਂ ਸਕੂਲੋਂ ਨਿਕਲਿਆ ਹਾਂ ਬਾਂਦਰ ਪੜਨ ਲੱਭੇ ਨੇ ਉਹ ਸਾਹਮਣੇ ਘੋੜੇ ਤੇ ਬੈਠਾ ਆਈ ਆ ਉਹ ਤੇ ਬੈਠਾ ਤੈਨੂੰ ਨੀ ਪਤਾ ਤੂੰ ਆ ਸਕੂਲੇ ਹੋਣਾ ਤੈਨੂੰ ਪਤਾ ਹੀ ਨਹੀਂ ਮੈਨੂੰ ਪਤਾ ਨਹੀਂ ਬਾਂਦਰ ਰੱਖੇ ਨੇ ਕਿ ਨਹੀਂ ਵਾਹ ਏਡੀ ਗਰਮੀ ਦੀ ਜੈਕਟ ਪਾਈ ਉਹ ਜਰਸੀ ਪਾਈ ਆ ਕੀ ਕਰੀ ਲਾ ਗੰ ਬੈਗ ਚ ਭਲੇ ਤੇ ਅੱਗੇ ਬੈਗ ਡੰਡੇ ਪੈਂਦੇ ਨੇ ਘਟ ਵਾਈ ਦੀ ਹੈ
16 ਲੱਗ ਜਾਣਾ ਨਜ਼ਰ ਨਾ ਲੱਗ ਜੇ ਅਸੀਂ ਜੇ ਨਾ ਇੱਥੇ ਆਏ ਹਾਂ ਮਸ਼ੀਨ 'ਚ ਤੇ ਮੁੰਡੇ ਦੇ ਆਉਣ ਦਾ ਸਕੂਲ ਵੀ ਜਾਣਾ ਇੱਥੇ ਹੀ ਹੈ ਇੱਥੇ ਸਕੂਲ ਆਪਣਾ ਨਾਮ ਤਾਂ ਫਿਰ ਅਸੀਂ ਆਖਿਆ ਇਹਨੂੰ ਮਿਲ ਕੇ ਜਾਣਾ ਛੁੱਟੀ ਲੈਣੀ ਆ ਛੁੱਟੀ ਲੈ ਕੇ ਦਈਏ ਚਲੀਏ ਤੇ ਬਾਂਦਰ ਲੈ ਕੇ ਜਾਣਾ ਸਾਡੇ ਕੋਲ ਆਪਣਾ ਆਇਆ ਚੱਲ ਚਲੋ ਜੀ ਮੁੰਡੇ ਤਾਂ ਐਂ ਛੁੱਟੀ ਨਹੀਂ ਲੱਭੀ 15 ਮਿੰਟ ਰਹਿੰਦੇ ਨੇ ਪਿਆ ਮੈਂ ਆ ਗਿਆਗਾ ਪਰ ਹੁਣ ਚੱਲੀਏ ਸੁਰੀਲੀ ਬਾਤ ਕੀਤੀ ਘਰ ਜੇ ਨਾ ਵਾਪਸ ਪਹੁੰਚ ਗਿਆ ਅੱਬੂ ਜੀ ਹੋਰੀ ਵੀ ਆ ਗਏ ਨੇ ਤੇ ਅੰਮੀ ਜੀ ਹੋਰੀ ਵੀ ਕੋਲ ਹੀ ਨੇ ਕੋਈ ਹੋਰ ਕੰਮ ਹੈ ਕਿੱਥੇ ਬੜਾ ਅੱਜ ਕੀ ਹੋਏ ਆ ਦੂਸਰੇ ਤੀਸਰੇ ਪਿੰਡ ਹੋਏ ਆ ਮਲਾਣੀ ਹੋਏ ਆ ਤੀਸਰਾ ਪਿੰਡ ਮਰਾਜ ਗਈ ਹੈ ਦੂਸਰਾ ਪਿੰਡ ਵਗ ਗਈ ਹੈ ਤੇ ਦੂਸਰਾ ਪਿੰਡ ਮਲਾਣੀ ਵੀ ਹੈ ਪਹਿਲਾ ਪਿੰਡ ਸਾਡਾ ਹਾਂਜੀ ਹੁਣ ਹੋਰ ਵੀ ਕੰਮ ਹੈ ਕਿ ਬਸ ਨਹੀਂ ਕੋਈ ਵੀ ਨਹੀਂ ਅਗਲਾ ਹੋ ਗਿਆ ਹੋਰ ਘਰ ਆਇਆ ਦਵਾਈ ਲੈਣ ਦੀ ਆਟਾ ਭਿਆਣ ਦੀ ਦੇ ਆਇਆ ਤਿਆਰੀ ਬਰਦਾਰ ਆ ਰਹੀ ਤੈਨੂੰ ਆਖੇ ਲੈ ਨਹੀਂ ਜਾਂਦਾ ਓਏ ਹੋਏ 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 ਦੱਸੇ ਨਹੀਂ ਸਾਨੂੰ ਕਹਿਣ ਦੇ ਅੰਮੀ ਹੋਰਾਂ ਤੁਹਾਨੂੰ ਆਖਿਆ ਹੀ ਨਹੀਂ ਤੈਨੂੰ ਕੋਈ ਪਰਸੋਨਾ ਪਿਆ ਨਾ ਮੇਰੇ ਦੇਣ ਜਿਹੜਿਆ ਖੰਗ ਲੱਗੀ ਜਾਣ ਵਾਲੀ ਬੱਚਿਆਂ ਦਾ ਸ਼ਰਬੜਾ ਤੇ ਆ ਮਜ਼ੇਦਾਰ ਅਹਿਮਦ ਯਮ ਯਮ ਹੋਇਆ ਨਾ ਟੀਕੇ ਨਾਲ ਵੀ ਅੱਜ ਪ੍ਰੋਗਰਾਮ ਬਣਾਇਆ ਸੀ ਕਿ ਸ਼ਹਿਰ ਜਾਵਾਂਗੇ ਪਰ ਅੱਜ ਦੀ ਦਿਹਾੜੀ ਵਿਜੈਣ ਲੰਘ ਗਈ ਪਿੰਡ ਹੀ ਡਿਨਰ ਜੇਣਾ ਪੱਕ ਗਿਆ ਅੰਬੂ ਜੀ ਕੀ ਖਾਣ ਦਿਓ ਡਿਨਰ ਚ ਬਰਗਰਦਾਰ ਚ ਦਾਲ ਤੇ ਜਾਓ ਪੱਕੇ ਨੇ ਹੋਰ ਲਲਕਾਰੇ ਨਾਲ ਬੋਲੀ ਦਾ ਕਮੈਂਟ ਆਉਂਦੇ ਨੇ ਤੁਸੀਂ ਹੌਲੀ ਬੋਲਦੇ ਹੋ ਚਲੋ ਜੀ ਫਿਰ ਅੱਜ ਦਾ ਕਰੀਏ ਡਿਨਰ ਓਏ ਹਾਏ 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 ਨਹੀਂ ਨਹੀਂ ਚਾਚੂ ਨੂੰ ਬਹਾਣਾ ਚਾਚੂ ਨਾਲ ਕਾਲ ਫਲਵਾਈ ਹੈ ਤੇ ਸਵੇਰੇ ਬਹਾਵਾਂਗੇ ਚਾਚੂ ਨੂੰ ਚਾਚੂ ਮੂੰਹ ਨਿਕਾਲੋ ਸਵੇਰੇ ਤੂੰ ਨਵੇਂ ਵਲੋਗ ਚ ਬਹਾਵਾਂਗੇ ਅੱਜ ਦੇ ਡਿਨਰ ਵਿੱਚ ਮੱਖਣ ਹਾਏ 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 ਨਾਲ ਦਾਲ ਤੇ ਚਾਵਲ ਮਾਈ ਫੇਵਰੇਟ ਬਿਸਮਿਲ੍ਲਾਹਿਰਰਹਿਮਾਨਿਰਰਹੀਮ ਯਮ 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 ਮਜ਼ੇਦਾਰ ਹਨ ਕਰ ਲੈ ਡਿਨਰ ਹੁਣ ਫਿਰ ਟੇਨਾ ਸੁਬਹ ਸਕੂਲੇ ਵੀ ਜਾਣਾ ਹੁਣ ਠੀਕ ਹੈ ਹਾਂਜੀ ਅੱਬੂ ਜੀ ਨੀ ਰਾਤ ਨੂੰ ਕਿਸੇ ਤੁਰ ਚੱਲੇ ਕਿਨੂੰ ਚਾਚੂ ਨੂੰ ਚਲੋ ਮੈਂ ਚੁਕਾਇਆ ਕੇ ਆਇਆ ਅੱਬੂ ਜਿਹੜੀ ਕਹਿੰਦੇ ਨੇ ਚਾਚੂ ਨੂੰ ਪਰਾਲੀ ਚੁਕਾ ਲਿਆ ਜਾਨਵਰਾਂ ਦੇ ਚਾਰੇ ਲਈ ਜਿਹੜਾ ਸੁਬਾਹ ਵੱਢਣੇ ਆ ਉਹਦੇ ਵਿੱਚ ਜਿਹੜਾ ਲਾ ਕੇ ਪਾਈ ਦੀ ਹੈ ਤੁਸੀਂ ਵੇਖੀ ਹੋਣੀ ਪਰਾਲੀ ਜਿਹੜੀ ਫੰਡ ਕੇ ਲਾਈ ਸੀ ਚਾਵਲ ਦੀ ਫਸਲ ਜਿਹੜੀ ਹੁੰਦੀ ਹੈ ਨਾ ਉਹਦਾ ਜਿਹੜਾ ਹੁੰਦਾ ਉਹ ਬੂਟਾ ਪੌਦਾ ਉਹਨੂੰ ਆਉਂਦੇ ਨੇ ਪਰਾਲੀ ਇਹ ਜੇ ਜੀ ਪਰਾਲੀ ਇਹ ਪਾ ਲਈ ਹੈ ਬੰਨ ਲਈ ਹੈ ਬਾਕੀ ਜਿਹੜਾ ਖੂਬਸੂਰਤ ਨਜ਼ਾਰਾ ਸੀ ਰਾਤ ਨੂੰ ਜਿਹੜਾ ਨਾ ਹੁਣ ਮਾਸ਼ਾਅੱਲਾ ਬੜਾ ਖੂਬਸੂਰਤ ਨਜ਼ਾਰਾ ਬਣਿਆ ਹੁੰਦਾ ਲਾਲੀ ਲਾਲੀ ਜਿਵੇਂ ਕਿਸੇ ਨੇ ਮੇਕਅਪ ਨਹੀਂ ਕੀਤਾ ਲਾਲੀ ਲਾਈ ਉੱਥੇ ਚਾਗਰ ਲਹਿਰਾਂ ਬਣੀਆਂ ਬਾਕੀ ਫਿਲਹਾਲ ਤਾਂ ਫਿਰ ਜਿਹੜਾ ਨਾ ਹੁਣ ਅੱਜ ਦਾ ਵਲੋਗ ਆਉਂਦਾ ਇੱਥੇ ਐਂਡ ਮਿਲਾਂਗੇ ਸੁਬਾਹ ਇਨਸ਼ਾਅੱਲਾ ਨੈਕਸਟ ਵਲੋਗ 'ਚ ਮੈਨੂੰ ਦੋ ਇਜਾਜ਼ਤ ਕੈਸਾ ਲੱਗਾ ਵਲੋਗ ਕਮੈਂਟ ਵਿੱਚ ਦੱਸਿਓ ਦੋ ਇਜਾਜ਼ਤ ਫਕੀਰਾਂ ਨਾ ਆਏ ਸਦਾ ਕਰ ਚਲੇ ਮੀਆਂ ਖੁਸ਼ ਰਹੋ ਹਮ ਦੁਆ ਕਰ ਚਲੇ ਲਾਈਕ ਕਰੋ ਸ਼ੇਅਰ ਕਰੋ ਕਮੈਂਟ ਕਰੋ ਅੱਲਾ ਹਾਫਿਜ਼ ਬਾਏ ਬਾਏ ਟਾਏ ਟਾਏ